ਜੇ ਅਸੀਂ ਦੇਖੀਏ ਤਾਂ ਪਹਿਲੀ ਗੱਲ ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਪੂਰਾ ਸਪੋਰਟ ਕਰ ਰਹੇ ਹਾਂ ਇਸ ਟਾਈਮ, ਕਿਉਂਕਿ ਦਿੱਲੀ ਦੇ ਵਿੱਚ ਅਸੀਂ ਬਹੁਤ ਕੰਮ ਵੇਖ ਚੁੱਕੇ ਹਾਂ ਉਹਨਾਂ ਦਾ। ਸਰਵੇ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਕਿ ਸਾਡੀ ਪੰਜਾਬ ਦੇ ਵਿੱਚ ਦੁਬਾਰਾ ਰਿਪੀਟ ਦੇ ਵਿੱਚ ਸਰਕਾਰ ਬਣ ਰਹੀ ਆ। ਨਹੀਂ ਨਹੀਂ, ਇਹ ਨਹੀਂ ਹੋਣੀ ਚਾਹੀਦੀ ਵਾਪਸ, ਨਾ ਅਕਾਲੀ ਨਾ ਇਹ, ਇਸ ਲਈ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਹੈ। ਸਾਡਾ ਇਹੀ ਕਹਿਣਾ ਕਿ ਆਮ ਆਦਮੀ ਪਾਰਟੀ ਇਸ ਵਾਰ ਆਵੇ, ਨਾ ਬੀਜੇਪੀ ਦੇਖਣਾ ਚਾਹੁੰਦੇ ਆ, ਨਾ ਕਾਂਗਰਸ ਨਾ ਅਕਾਲੀ। ਉਹ ਤਾਂ ਗੁਟਕਾ ਸਾਹਿਬ ਦੀਆਂ ਸੌਹਾਂ ਝੂਠੀਆਂ ਖਾ ਗਏ, ਕੀ ਕਰਤਾ ਉਹਨਾਂ ਨੇ, ਅਕਾਲੀ ਦਲ ਸਰਕਾਰ ਆ ਗਈ, ਇਹਨਾਂ ਦੀ ਇੱਕ ਹੀ ਆਵਾਜ਼, ਹਾਂਜੀ ਆਟਾ ਦਲ ਫਰੀ ਕਰਤਾ, ਤੁਹਾਨੂੰ ਬੱਸਾਂ ਫਰੀ ਚਲਾਤੀਆਂ, ਕੀ ਆਟਾ ਦਲ ਅਸੀਂ ਕੀ ਕਰਨਾ। ਇਹਨਾਂ ਨੇ ਫੁੱਦੂ ਬਣਾਇਆ ਰਲ ਮਿਲ ਕੇ ਸਾਰਿਆਂ ਨੇ, 20-25 ਸਾਲ ਉਹ ਚੱਲੇ ਆ, ਵੀ ਆਹ ਕਰਾਂਗੇ ਆਹ ਕਰਾਂਗੇ, ਕੀਤਾ ਕੋਈ ਤਾਂ ਕੁਛ ਹੈ ਨਹੀਂ ਗਿਆ। ਹੁਣ ਕਹਿੰਦੇ ਨਵੀਂ ਸਰਕਾਰ ਆਵੇ ਸਾਰੀ ਪੰਜਾਬ ਦੇ ਵਿੱਚ, ਵੀ ਜੋ ਵਾਅਦੇ ਕੀਤੇ ਆ ਉਹ ਨਿਭਾਉਣਾ ਦੇ ਵਾਅਦੇ ਆ ਗਏ ਆਮ ਆਦਮੀ ਪਾਰਟੀ। ਸਾਇਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਰਵੀਗਿੱਲ। ਜਿਵੇਂ ਕਿ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੇ, ਅਤੇ ਰੁੱਖ ਕੀ ਹੈ, ਕੀ ਇਸ ਵਾਰ ਖਿਚੜੀ ਬਣੇਗੀ, ਕਿਉਂਕਿ ਕਿਹਾ ਜਾ ਰਿਹਾ ਕਿ ਕਈ ਲੋਕ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ, ਕਈ ਅਕਾਲੀ ਦਲ ਦੇ ਨੇ, ਅਤੇ ਕਈ ਜਿਵੇਂ ਪਿੰਡਾਂ ਦੇ ਵਿੱਚ ਨੇ, ਅਤੇ ਪਿੰਡਾਂ ਦੇ ਲੋਕਾਂ ਦਾ ਰੁਝਾਵ ਅਕਾਲੀ ਦਲ ਨੂੰ ਵੀ ਹੈ ਅਤੇ ਬੀਜੇਪੀ ਦਾ, ਅਤੇ ਹਾਲਾਤ ਸਾਰੇ ਜਾਣਦੇ ਨੇ ਕਿ ਕਿਉਂਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਬੀਜੇਪੀ ਦਾ ਅਤੇ ਸਭ ਤੋਂ ਜ਼ਿਆਦਾ ਕੰਮ ਖਰਾਬ ਹੋ ਚੁੱਕਾ ਹੈ। ਸੋ ਕੱਲ੍ਹ ਬੀਜੇਪੀ ਦੀਆਂ ਟਿਕਟਾਂ ਵੀ ਅਨਾਊਂਸ ਕਰ ਦਿੱਤੀਆਂ ਗਈਆਂ ਨੇ, ਸਾਡੇ ਨਾਲ ਨੌਜਵਾਨ ਇਹਨਾਂ ਨਾਲ ਗੱਲਬਾਤ ਕਰਦੇ ਨੇ, ਕਿਉਂਕਿ ਸਰਕਾਰਾਂ ਕੋਈ ਵੀ ਹੋਵੇ ਉਹ ਇੱਕ ਚੀਜ਼ ਇਹ ਕਹਿੰਦੀ ਹੈ ਕਿ ਅਸੀਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਾਂਗੇ, ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ, ਅਤੇ ਨੌਜਵਾਨਾਂ ਦਾ ਹੀ ਰੁਝਾਨ ਜਾਣਨ ਦੇ ਲਈ ਅਸੀਂ ਪਹੁੰਚੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ। ਕਿਵੇਂ ਦੇਖਦੇ ਹੋ ਕਿ 2022 ਦੀਆਂ ਚੋਣਾਂ ਨੇ, ਫਿਰ ਮੈਨੀਫੈਸਟੋ ਆਉਣਗੇ ਸਾਰੀਆਂ ਪਾਰਟੀਆਂ ਦੇ, ਉਹਦੇ ਵਿੱਚ ਫਿਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਕਿਹਾ ਜਾਏਗਾ, ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਕਿਹਾ ਜਾਏਗਾ, ਉਹਦੇ ਬਾਅਦ ਘਰ ਘਰ ਨੌਕਰੀ ਦਾ ਵੀ ਜਿਵੇਂ ਪਹਿਲੇ ਕਿਹਾ ਗਿਆ ਸੀ, ਇੱਦਾਂ ਦੇ ਕਾਫੀ ਇੱਕ ਸਰਕਾਰਾਂ ਵੱਲੋਂ ਅਨਾਊਂਸਮੈਂਟਾਂ ਕੀਤੀਆਂ ਜਾਣੀਆਂ ਨੇ, ਕਿਵੇਂ ਦੇਖਦੇ ਹੋ? ਸਰ ਜੇ ਅਸੀਂ ਦੇਖੀਏ ਤਾਂ ਪਹਿਲੀ ਗੱਲ ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਪੂਰਾ ਸਪੋਰਟ ਕਰ ਰਹੇ ਹਾਂ ਇਸ ਟਾਈਮ, ਕਿਉਂਕਿ ਦਿੱਲੀ ਦੇ ਵਿੱਚ ਅਸੀਂ ਬਹੁਤ ਕੰਮ ਵੇਖ ਚੁੱਕੇ ਹਾਂ ਉਹਨਾਂ ਦਾ। ਕੇਜਰੀਵਾਲ ਸਾਹਿਬ ਬਹੁਤ ਕੰਮ ਕਰ ਰਿਹਾ ਉੱਥੇ, ਦੇਖੋ ਐਜੂਕੇਸ਼ਨ ਫਰੀ ਹੋ ਗਿਆ, ਮੈਡੀਕਲ ਫਰੀ ਆ ਜੀ, ਮਹਿਲਾਵਾਂ ਲਈ ਕਿੰਨਾ ਕੁਝ ਫਰੀ ਆ ਉੱਥੇ। ਅਤੇ ਦੂਸਰੀ ਗੱਲ, ਜੇ ਆਪਾਂ ਦੂਸਰੀਆਂ ਸਰਕਾਰਾਂ ਦੀ ਗੱਲ ਕਰੀਏ, ਹੁਣ ਇੱਥੇ ਕਾਂਗਰਸ ਪਾਰਟੀ ਸੀ, ਠੀਕ ਆ, ਕਾਂਗਰਸ ਪਾਰਟੀ ਨੇ ਕੀ ਕੀਤਾ? ਕੁਛ ਨਹੀਂ, ਆ ਕੇ ਸਰਕਾਰੀ ਭੱਤੇ ਦੇਵਾਂਗੇ, ਠੀਕ ਆ, ਤੁਹਾਨੂੰ ਨੌਕਰੀ ਦੇਵਾਂਗੇ, ਘਰ ਘਰ ਸਮਾਰਟ ਫੋਨ ਦੇਵਾਂਗੇ, ਆਹ ਕਰਾਂਗੇ। ਅੱਛਾ, ਸਮਾਰਟ ਫੋਨ ਕੀ ਕਰਨੇ ਆ? ਸਮਾਰਟ ਫੋਨ 'ਤੇ ਕੀ ਹੁੰਦਾ ਅੱਜ ਕੱਲ੍ਹ? ਕੁਛ ਵੀ ਨਹੀਂ ਹੋ ਰਿਹਾ, ਮੇਰੀ ਅੱਖੀਂ ਦੇਖੀ ਦੀਆਂ ਗੱਲਾਂ ਨੇ, ਸਮਾਰਟ ਫੋਨ 'ਤੇ ਕੋਈ ਪੜ੍ਹਾਈ ਨਹੀਂ ਕਰ ਰਿਹਾ, ਸਾਰੇ ਵਟਸਐਪ 'ਤੇ ਸਨੈਪਚੈਟ 'ਤੇ ਸਭ ਸੋਸ਼ਲ ਮੀਡੀਆ ਚਲਾ ਰਿਹਾ, ਕੁਛ ਨਹੀਂ, ਕੋਈ ਪੜ੍ਹਾਈ ਨਹੀਂ ਹੋ ਰਿਹਾ। ਜਿਹਨਾਂ ਨੇ ਸਮਾਰਟ ਫੋਨ ਬਣਾਉਣੇ ਹੀ ਸੀ ਤਾਂ ਉਹਨਾਂ ਵਿੱਚ ਸਿਰਫ ਪੜ੍ਹਾਈ ਦੇ ਹੀ ਐਪਲੀਕੇਸ਼ਨ ਹੋਣੇ ਚਾਹੀਦੇ ਸੀ, ਨਾ ਕਿ ਕੁਝ ਹੋਰ। ਦੂਸਰੀ ਗੱਲ, ਨਸ਼ਾ ਮੁਕਤ ਕਹਿੰਦੇ ਨੇ ਕਰ ਦਾਂਗੇ, ਕੀ ਨਸ਼ਾ ਮੁਕਤ ਕਰਤਾ? ਥਾਂ ਥਾਂ 'ਤੇ ਕਿੰਨੇ ਨਸ਼ੇ ਹੋ ਰਹੇ ਆ, ਕਿੰਨਾ ਨਸ਼ਾ ਸ਼ਰਿਆਮ ਵਿਕ ਰਿਹਾ, ਕੁਛ ਕੋਈ ਹੱਲ ਨਹੀਂ ਹੋਇਆ। ਕਹਿੰਦੇ ਨੌਕਰੀਆਂ ਦੇ ਦਾਂਗੇ ਇਹਨਾਂ ਨੂੰ, ਆਹ ਕਰ ਦਾਂਗੇ, ਕੁਛ ਨਹੀਂ ਹੋਇਆ। ਉਹ ਤਾਂ ਗੁਟਕਾ ਸਾਹਿਬ ਦੀਆਂ ਸੌਹਾਂ ਝੂਠੀਆਂ ਖਾ ਗਏ, ਕੀ ਕਰਤਾ ਉਹਨਾਂ ਨੇ? ਅਕਾਲੀ ਦਲ ਸਰਕਾਰ ਆ ਗਈ, ਇਹਨਾਂ ਦੀ ਇੱਕ ਹੀ ਆਵਾਜ਼, ਹਾਂਜੀ ਆਟਾ ਦਲ ਫਰੀ ਕਰਤਾ, ਤੁਹਾਨੂੰ ਬੱਸਾਂ ਫਰੀ ਚਲਾਤੀਆਂ, ਕੀ ਆਟਾ ਦਲ ਅਸੀਂ ਕੀ ਕਰਨਾ? ਨੌਜਵਾਨਾਂ ਦਾ ਤਾਂ ਇਹ ਵੀ ਕਹਿਣਾ ਕਿ ਸਾਨੂੰ ਰੋਜ਼ਗਾਰ ਦਿਓ, ਆਟਾ ਦਲ ਅਸੀਂ ਘਰ ਦੇ ਵਿੱਚ ਆਪ ਲੈ ਕੇ ਜਾ ਸਕਦੇ ਹਾਂ। ਹਾਂਜੀ, ਸਾਡਾ ਹੈਗਾ ਨੌਕਰੀ ਹੋ ਗਈ, ਹੁਣ ਸਾਰੇ ਇੱਥੇ ਹੁਣ ਪੜ੍ਹੇ ਲਿਖੇ ਇਨਸਾਨ ਆ ਜੀ, ਸਾਰੇ ਐਜੂਕੇਟਡ ਪਰਸਨ ਆ ਗਏ, ਹੁਣ ਜੇ ਨੌਕਰੀ ਹੋਊਗਾ ਤਾਂ ਉਹ ਸਭ ਕੁਝ ਤਾਂ ਅਸੀਂ ਖੁਦ ਹੀ ਲੈ ਲਾਂਗੇ, ਸਾਨੂੰ ਫਰੀ ਲੈਣ ਦੀ ਕੀ ਲੋੜ ਆ? ਕਿਉਂ ਸਰਕਾਰਾਂ ਦੇ ਇਹ ਧੱਕੇ ਖਾਈਏ? ਕਰਪਸ਼ਨ ਇੰਨੀ ਜ਼ਿਆਦਾ ਵੱਧ ਕੀ ਆ, ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਆ, ਠੀਕ ਆ, ਕਾਲਜ ਦੀਆਂ ਫੀਸਾਂ ਦੇਣ ਨੂੰ ਪੈਸੇ ਹੈ ਨਹੀਂ ਗੇ, ਪੜ੍ਹਾਈ ਇੰਨੀ ਜ਼ਿਆਦਾ ਮਹਿੰਗੀ ਹੋ ਚੁੱਕੀ ਆ, ਕੀ ਪੜ੍ਹੀਏ? ਹੁਣ ਕਾਲਜ ਦੇ ਵਿੱਚ ਅਸੀਂ ਜਾਂਦੇ ਹਾਂ, ਦੋ ਸਮੈਸਟਰ ਕਲੀਅਰ ਹੁੰਦੇ ਆ, ਤੀਜੇ ਸਮੈਸਟਰ ਨੂੰ ਕਹਿੰਦੇ ਤੁਹਾਡਾ ਕਾਲਜ ਟ੍ਰਾਂਸਫਰ ਹੋ ਗਿਆ, ਤੁਹਾਡੇ ਪੇਪਰ ਉੱਥੇ ਹੋਣਗੇ, ਕਿੱਥੇ ਕਿੱਥੇ ਅਸੀਂ ਫੀਸਾਂ ਭਰਦੇ ਫਿਰਾਂਗੇ, ਕੀ ਕਰਾਂਗੇ ਅਸੀਂ? ਸਾਨੂੰ ਕੋਈ ਆਸ ਹੀ ਹੈ ਨਹੀਂ ਹੁਣ ਕਿਸੇ ਤੱਕ ਜੀ। ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅਸੀਂ ਸਮਾਰਟ ਸਕੂਲ ਬਣਾਏ ਨੇ, ਹਾਲਾਤ ਤੇ ਸਮਾਰਟ ਸਕੂਲਾਂ ਦੇ ਪੰਜਾਬ ਦੇ ਵਿੱਚ ਸਾਰੇ ਦੇਖਦੇ ਨੇ, ਕਿੱਦਾਂ ਦੇ ਹਾਲਾਤ ਤੁਸੀਂ ਦੇਖਦੇ? ਸਰ ਕੋਈ ਹਾਲਾਤ ਚੰਗੇ ਨਹੀਂ ਹੋਏ, ਕੋਈ ਸਮਾਰਟ ਸਕੂਲ ਕੁਛ ਵੀ ਨਹੀਂ ਹੈਗਾ। ਜਿੱਥੇ 10-10 ਟੀਚਰਾਂ ਦੀ ਜ਼ਰੂਰਤ ਹੈ ਸਕੂਲ ਦੇ ਵਿੱਚ, ਉੱਥੇ ਸਿਰਫ 3-3 ਟੀਚਰ ਹੀ ਆ, ਕੋਈ ਸਮਾਰਟ ਸਕੂਲ ਨਹੀਂ ਆ। ਦਿੱਲੀ ਦੇ ਵਿੱਚ ਜਾ ਕੇ ਦੇਖ ਲਓ ਕਿੰਨੇ ਵਧੀਆ ਸਕੂਲ ਆ, ਆਪਣੇ ਅਮੈਰੀਕਾ ਦੇ ਜਿਹੜੇ ਰਾਸ਼ਟਰਪਤੀ ਸੀ ਉੱਥੇ ਸਪੈਸ਼ਲ ਆਏ ਸੀ, ਉਹਨਾਂ ਨੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਵੇਖਣ ਦਾ ਫੈਸਲਾ ਲਿਆ ਸੀ। ਕਿਉਂ ਵੇਖਣ ਗਏ ਸੀ? ਉਹ ਸਮਾਰਟ ਸਕੂਲ ਹੈਗੇ ਆ, ਠੀਕ ਆ। ਇਸ ਵਾਰ ਸਰਕਾਰੀ ਸਕੂਲਾਂ ਦਾ ਦਿੱਲੀ ਦਾ ਨਤੀਜਾ ਦੇਖ ਲਓ 97% ਆਇਆ, ਸਿਰਫ ਸਰਕਾਰੀ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ। ਕਿਉਂ ਆਇਆ? ਪੜ੍ਹਾਈ ਵਧੀਆ ਉੱਥੇ, ਠੀਕ ਆ, ਟੀਚਰ ਆ ਜਿਹੜੇ ਹੈਗੇ ਆ ਉਹ ਬਹੁਤ ਵਧੀਆ। ਸਮਾਰਟ ਸਕੂਲ ਉੱਥੇ ਕਿਹਾ ਜਾ ਸਕਦਾ? ਇੱਥੇ ਕੋਈ ਸਮਾਰਟ ਸਕੂਲ ਨਹੀਂ ਹੈਗੇ, ਇੱਥੇ ਸਭ ਬੇੜਾ ਗਰਕ ਕਰ ਰੱਖਿਆ ਇਹਨਾਂ ਨੇ, ਹੋਰ ਕੁਛ ਨਹੀਂ ਹੈਗੇ।
ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਦੇ ਉੱਤੇ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਚਾਹੁੰਦੇ ਹੋ ਹੁਣ ਤਾਂ ਚੰਨੀ ਸਾਹਿਬ ਵੀ ਕਹਿ ਰਹੇ ਨੇ ਨਵਾਂ ਪੰਜਾਬ ਬਣਾਵਾਂਗੇ ਆਮ ਪਾਰਟੀ ਹੋਣੀ ਚਾਹੀਦੀ ਆ ਇਹਨਾਂ ਨੇ ਫੁੱਦੂ ਬਣਾਇਆ ਰਲ ਮਿਲ ਕੇ ਸਾਰਿਆਂ ਨੇ 20-25 ਸਾਲ ਹੋ ਚੱਲੇ ਆ ਵੀ ਆਹ ਕਰਾਂਗੇ ਕੀਤਾ ਕੋਤਾ ਕੁਛ ਹੈ ਨਹੀਂ ਗਿਆ ਹੁਣ ਕਹਿੰਦੇ ਨਵੀਂ ਸਰਕਾਰ ਆਵੇ ਸੋਰੀ ਪੰਜਾਬ ਦੇ ਵਿੱਚ ਵੀ ਜੋ ਵਾਅਦੇ ਕੀਤੇ ਆ ਉਹ ਨਿਭਾਉਣ ਦੇ ਵਾਅਦੇ ਆ ਗਏ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਹੁਣੀ ਜਿਵੇਂ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿੱਥੇ ਅੜ ਗਿਆ ਸਿਰਫ ਲੋਕਾਂ ਦੇ ਲਈ ਅੜਦਾ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਕਿ ਉਹ ਆਪਸ ਦੇ ਵਿੱਚ ਹੀ ਉਹਨਾਂ ਦੀ ਕਾਟੋ ਕਲੇਸ਼ ਚੱਲੀ ਹੋਈ ਆ ਕਾਂਗਰਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਕਿ ਸੀਐਮ ਚਿਹਰੇ ਨੂੰ ਵੀ ਲੈ ਕੇ ਕਾਫੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸਬਾਜ਼ੀ ਹੁੰਦੀ ਆ ਸਿਰਫ ਸੀਟਾਂ ਦੀ ਸਿਆਸਤ ਬਦਲਦੀ ਆ ਸਿਆਸਤਦਾਨ ਉਹੀ ਹੁੰਦੇ ਨੇ ਯਾਨੀ ਉਹਦੇ ਗੱਲ ਠੀਕ ਆ ਮਤਲਬ ਬੋਲਦੇ ਹੈਗੇ ਆ ਸਿੱਧੂ ਸਾਹਿਬ ਕਿ ਹਾਂ ਕਿ ਆਹ ਕਰਾਂਗੇ ਉਹ ਬੋਲਦੇ ਬਿਲਕੁਲ ਵਧੀਆ ਵਾ ਪਰ ਸੁਣਦਾ ਨਹੀਂ ਉਹਨਾਂ ਦੀ ਕੋਈ ਜੋ ਵੀ ਆਉਂਦਾ ਉਹ ਬੋਲਦੇ ਵਧੀਆ ਵਾ ਪਰ ਸੁਣਦਾ ਕੋਈ ਹੈ ਨਹੀਂ ਉਹਨਾਂ ਦੀ ਫਿਰ ਉਹ ਵਿਚਾਰੇ ਚੁੱਪ ਕਰਕੇ ਬਹਿ ਜਾਂਦੇ ਆ ਸਾਹਿਬ ਨੇ ਪੰਜਾਬ ਦੇ ਸਮਾਰਟ ਸਕੂਲ ਦੇਖੇ ਜਿਹੜੇ ਕਾਂਗਰਸ ਵੱਲੋਂ ਬਣਾਏ ਗਏ ਹਾਂਜੀ ਹਾਂਜੀ ਵੇਖੇ ਉਹ ਠੀਕ ਹੈ ਜੀ ਸਕੂਲ ਸਵਾਲ ਦਾ ਵਾ ਐਵੇਂ ਆ 2 ਮਹੀਨੇ ਬਾਅਦ ਲੌੜਨ ਲੱਗ ਜਾਂਦਾ ਵਾ ਸਕੂਲ ਕਾਹਦੇ ਰਹਿ ਗਏ 2 ਸਾਲ ਉਹ ਚੱਲੇ ਆ ਲੌੜਨ ਹੱਦ ਮਹੀਨਾ ਖੋਲ੍ਹਦਾ ਵਾ ਫਿਰ 2 ਮਹੀਨੇ ਫਿਰ 5 ਮਹੀਨੇ ਫਿਰ ਲੋਕਡਾਊਨ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਕਿੱਦਾਂ ਦਾ ਅਤੇ ਸਰਕਾਰੀ ਹੋਸਪਿਟਲਾਂ ਦਾ ਸਿਸਟਮ ਕਿੱਦਾਂ ਦਾ ਸਰਕਾਰੀ ਹੋਸਪਿਟਲ ਤਾਂ ਜੀ ਐਵੇਂ ਹੀ ਆ ਮਤਲਬ ਕਿ ਨਾਂ ਦੇ ਹੋਸਪਿਟਲ ਆ ਉਹ ਨਾਂ ਦੇ ਹੋਸਪਿਟਲ ਵੀ ਜਾਓ ਉਹ ਕਹਿਣਗੇ ਵੀ ਨਹੀਂ ਇੱਥੇ ਇਲਾਜ ਨਹੀਂ ਹੋਣਾ ਵੀ ਤੁਹਾਨੂੰ ਰੈਫਰ ਕਰਦੇ ਪ੍ਰਾਈਵੇਟ ਹੋਸਪਿਟਲ 'ਚ ਆਹ ਤਾਂ ਹਾਲ ਆ ਜੀ ਇਹਨਾਂ ਦੇ ਲੱਗਦਾ ਕਿ ਪੰਜਾਬ ਦੇ ਵਿੱਚ ਦੁਬਾਰਾ ਆਮ ਆਦਮੀ ਕਾਂਗਰਸ ਪਾਰਟੀ ਰਿਪੀਟ ਹੋਏਗੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਵੇ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਕਿ ਸਾਡੀ ਪੰਜਾਬ ਦੇ ਵਿੱਚ ਦੁਬਾਰਾ ਰਿਪੀਟ ਦੇ ਵਿੱਚ ਸਰਕਾਰ ਬਣ ਰਹੀ ਆ ਨਹੀਂ ਨਹੀਂ ਇਹ ਨਹੀਂ ਹੋਣੀ ਚਾਹੀਦੀ ਵਾਪਸ ਨਾ ਅਕਾਲੀ ਨਾ ਇਹ ਇਸ ਲਈ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਹੈ ਹੋਰ ਵੀ ਨੌਜਵਾਨ ਸਾਡੇ ਨਾਲ ਮੌਜੂਦ ਹੈ ਤੁਹਾਡਾ ਕੀ ਕਹਿਣਾ ਇਸ ਚੀਜ਼ ਦੇ ਉੱਤੇ ਸਰ ਸਾਡਾ ਇਹੀ ਕਹਿਣਾ ਕਿ ਆਮ ਆਦਮੀ ਪਾਰਟੀ ਇਸ ਵਾਰ ਆਵੇ ਨਾ ਬੀਜੇਪੀ ਦੇਖਣਾ ਚਾਹੁੰਦੇ ਹਾਂ ਨਾ ਕਾਂਗਰਸ ਨਾ ਅਕਾਲੀ ਕਿਉਂਕਿ ਇਹਨਾਂ ਰਲ ਮਿਲ ਕੇ ਸਾਰਿਆਂ ਨੇ ਬਹੁਤ ਫੁੱਦੂ ਖਿੱਚਿਆ ਪੰਜਾਬ ਦਾ ਹੁਣ ਤੱਕ ਕਿਉਂਕਿ ਦੇਖੀਏ ਆਪਾਂ ਕੈਪਟਨ ਸਾਹਿਬ ਨੇ 5 ਸਾਲ ਪਹਿਲਾਂ 2017 'ਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕਿ ਨੌਜਵਾਨਾਂ ਨੂੰ ਸਰਕਾਰੀ ਨੌਜਵਾਨ ਨੌਕਰੀ ਦੇਵਾਂਗੇ ਨੌਕਰੀ ਨਾ ਮਿਲਤੇ 2500 ਰੁਪਇਆ ਭੱਤਾ ਦੇਵਾਂਗੇ ਕੀ ਮਿਲਿਆ ਕੁਛ ਨਹੀਂ ਮਿਲਿਆ ਸਗੋਂ ਮਹਿੰਗਾਈ ਵੱਧ ਕਰ ਦਿੱਤੀ ਆ ਠੀਕ ਆ ਅਤੇ ਅਸੀਂ ਇਸ ਵਾਰ ਚਾਹਵਾਂਗੇ ਕਿ ਆਮ ਆਦਮੀ ਪਾਰਟੀ ਆਵੇ ਇੱਕ ਨਵਜੋਤ ਸਿੰਘ ਸਿੱਧੂ ਹੁਣਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2000 ਰੁਪਇਆ ਘਰ ਦੇ ਵਿੱਚ ਔਰਤਾਂ ਨੂੰ ਦਿੱਤਾ ਜਾਏਗਾ 8 ਸਿਲੰਡਰ ਦਿੱਤੇ ਜਾਣਗੇ ਉਹਨੂੰ ਕਿਵੇਂ ਦੇਖਦੇ ਹੋ ਸਭ ਝੂਠ ਆ ਜੀ ਹੁਣ ਤੁਸੀਂ ਦੇਖ ਲਓ ਸਿਲੰਡਰ 1000 ਰੁਪਏ ਦਾ ਤਕਰੀਬਨ ਕਰ ਦਿੱਤਾ ਗਿਆ ਸ਼ਾਇਦ ਮੇਰੇ ਹਿਸਾਬ ਨਾਲ ਕੁਛ ਨਹੀਂ ਕਿਸੇ ਨੇ ਕੁਛ ਨਹੀਂ ਕਰਨਾ ਜੀ ਸਭ ਝੂਠ ਹੈ ਕੁਰਸੀ ਦੇ ਮਾਰੇ ਸਾਰੇ ਝੂਠ ਬੋਲੀ ਜਾਂਦੇ ਨੇ ਅਸੀਂ ਇੱਦਾਂ ਕਰ ਦਾਂਗੇ ਅਸੀਂ ਇੱਦਾਂ ਕਰ ਦਾਂਗੇ ਫ੍ਰੀ ਵੀ ਕਰ ਦੇਣਗੇ ਸਿਲੰਡਰ ਦੇ ਤਾਂ ਦੇਣ ਫ੍ਰੀ ਵੀ ਕਰਨ ਉਹਨੂੰ ਮਹਿੰਗਾਈ ਜ਼ਿਆਦਾ ਵਧਾ ਰਹੇ ਨੇ ਸਿਲੰਡਰ ਦੇ ਰਹੇ ਨੇ ਜਾਂ ਤਾਂ ਉਹਨਾਂ ਨੂੰ ਘਾਟਾ ਵੀ ਕਰਨ ਰੌਲਾ ਤਾਂ ਇਸ ਗੱਲ ਦਾ ਜੀ ਹੁਣ ਪਹਿਲਾਂ ਫ੍ਰੀ ਸਿਲੰਡਰ ਵੰਡੇ ਸੀਗੇ ਫ੍ਰੀ ਸਿਲੰਡਰ ਵੰਡਤੇ ਉਦੋਂ ਸਿਲੰਡਰ ਭਰੀਂਦਾ ਸੀਗਾ ਕਰੀਬ 400-500 ਦਾ ਹੁਣ ਦੇਖੋ ਭਰੀਂਦਾ ਵਾ 1000 ਰੁਪਏ ਦਾ ਕੀ ਫਾਇਦਾ ਫ੍ਰੀ ਸਿਲੰਡਰ ਦਿੱਤਿਆਂ ਦਾ ਦੇਖੋ ਸਰ ਮਹਿੰਗਾਈ ਜੀ ਘਟਾਉਣਾ ਤਾਂ ਇਹਨਾਂ ਤੁਹਾਨੂੰ ਵੀ ਪਤਾ ਤੁਸੀਂ ਪੜ੍ਹੇ ਲਿਖੇ ਹੋ ਜੀ ਕਿੰਨਾ ਘਟਾ ਰਹੇ ਨੇ ਹਰੇਕ ਚੀਜ਼ਾਂ 'ਤੇ ਵਾਧਾ ਹੀ ਹੋ ਰਿਹਾ ਜੀ ਆਹ ਚੋਣਾਂ ਵੇਲੇ ਤਾਂ ਇਹ ਕਹਿੰਦੇ ਨਹੀਂ ਜੀ ਅਸੀਂ ਘਟਾਵਾਂਗੇ ਪਰ ਕੁਛ ਨਹੀਂ ਕਰ ਰਹੇ ਇਹ ਤਾਂ ਸਮਾਂ ਦੇ ਵਾਧਾ ਹੀ ਹੋ ਰਿਹਾ GST ਲੱਗ ਰਿਹਾ ਜੀ ਹਰੇਕ ਚੀਜ਼ 'ਤੇ ਤੁਸੀਂ ਦੇਖ ਹੀ ਰਹੇ ਜੀ ਮਹਿੰਗਾਈ ਦਾਲਾਂ ਦੇਖ ਲਓ ਪੈਟਰੋਲ ਦੇਖ ਲਓ ਕੋਈ ਹੋਰ ਰਸੋਈ ਦਾ ਸਮਾਨ ਵੇਖ ਲਓ ਕੋਈ ਵੀ ਜੀ ਵਾਧਾ ਹੀ ਆ ਘਟਦਾ ਤਾਂ ਕੁਛ ਵੀ ਨਹੀਂ ਜੀ ਕਿਵੇਂ ਦੇਖਦੇ ਹੋ ਕਿ ਹੁਣ ਦੁਬਾਰਾ ਮੈਨੀਫੈਸਟੋ ਹਰੇਕ ਪਾਰਟੀ ਦੇ ਆਉਣਗੇ ਉਹਦੇ ਵਿੱਚ ਜੇ ਨੌਜਵਾਨਾਂ ਨੂੰ ਕਿਹਾ ਜਾਏਗਾ ਕਿ ਤੁਹਾਨੂੰ ਅਸੀਂ ਕੋਈ ਵੀ ਸੇਵਾ ਦਿੰਦੇ ਹਾਂ ਜਿਵੇਂ ਨੌਕਰੀ ਦਾ ਪਿਛਲੀ ਵਾਰ ਵੀ ਕਿਹਾ ਸੀ ਇਸ ਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਚੰਨੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲੇ ਨੌਕਰੀਆਂ ਦਿੱਤੀਆਂ ਜਾਣਗੀਆਂ ਆਸ ਹੈ ਤੁਹਾਨੂੰ ਕੋਈ ਚੰਨੀ ਸਾਹਿਬ ਤੋਂ ਜਾਂ ਕਿਸੇ ਹੋਰ ਪਾਰਟੀ ਤੋਂ ਸਰ ਸਾਨੂੰ ਹਾਲੇ ਕੋਈ ਆਸ ਨਹੀਂ ਸਾਨੂੰ ਹਾਂ ਆਮ ਆਦਮੀ ਪਾਰਟੀ ਤੋਂ ਪੂਰੀ ਆਸ ਆ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਕੰਮ ਹੋ ਚੁੱਕੇ ਆ ਹੋ ਰਹੇ ਵੀ ਆ ਦੂਸਰੀ ਗੱਲ ਜਿਹੜੇ ਕਹਿੰਦੇ ਹਾਂ ਨੌਕਰੀਆਂ ਦੇਵਾਂਗੇ ਕਰਾਂਗੇ ਅੱਛਾ ਚੰਨੀ ਸਾਹਿਬ ਜੀ ਕੋਲ ਜਿਹੜੇ ਕੱਚੇ ਬੰਦੇ ਉਹ ਤਾਂ ਪੱਕੇ ਹੋਏ ਨਹੀਂ ਜਿਹੜੇ ਨਵਿਆਂ ਨੂੰ ਕਿੱਥੋਂ ਨੌਕਰੀਆਂ ਦੇ ਦੇਣਗੇ ਉਹ ਇਹ ਬੋਲ ਰਹੇ ਨੇ ਲੋਨ ਦੇਵਾਂਗੇ ਤਾਂ ਅਸੀਂ ਆਈਲੈਟਸ ਕਰੋ ਅਤੇ ਤੁਹਾਨੂੰ ਬਾਹਰ ਭੇਜਾਂਗੇ ਅਤੇ ਵੀ ਤਾਂ ਇਹ ਇੱਧਰ ਹੀ ਸਾਨੂੰ ਜੋਬ ਕਿਉਂ ਨਹੀਂ ਦੇ ਰਹੀ ਇਹ ਵਾਅਦੇ ਕਰਨ ਸਾਡੇ ਨਾਲ ਜੋਬ ਦੇਣ ਸਾਨੂੰ ਇੱਧਰ ਸਾਨੂੰ ਬਾਹਰ ਜਾਣ ਦੀ ਕੀ ਲੋੜ ਆ ਜੀ ਸਾਡੀ ਇੱਧਰ ਹੀ ਬਾਹਰ ਆ ਕਿਉਂ ਜੀ ਇੱਕ ਸਕੋਲਰਸ਼ਿਪ ਦਾ ਮੁੱਦਾ ਵੀ ਪੰਜਾਬ ਦੇ ਵਿੱਚ ਕਾਫੀ ਸਕੋਲਰਸ਼ਿਪ ਨੂੰ ਲੈ ਕੇ ਵੀ ਸਟੂਡੈਂਟਸ ਅਕਸਰ ਹੀ ਧਰਨੇ ਪ੍ਰਦਰਸ਼ਨ ਕਰਦੇ ਸੀ DC ਦਫ਼ਤਰ ਘੇਰੇ ਜਾਂਦੇ ਸੀਗੇ PAP ਚੌਂਕ ਜਾਮ ਕੀਤਾ ਜਾਂਦਾ ਸੀਗਾ ਉਸ ਚੀਜ਼ ਉਸ ਨੂੰ ਕਿਵੇਂ ਦੇ ਸਕੋਲਰਸ਼ਿਪ ਤਾਂ ਜੀ ਨਾ ਹੀ ਹੈ ਕੁਛ ਨਹੀਂ ਮਿਲਦਾ ਅਸੀਂ ਹੁਣ ਪੜ੍ਹੇ ਹੋਏ ਹਾਂ ਜੀ ਸਾਨੂੰ ਇੱਕ ਵਾਰੀ ਨਹੀਂ ਸਕੋਲਰਸ਼ਿਪ ਮਿਲੀ ਕਿਸੇ ਪਾਸਿਓਂ ਜੀ ਇਹ ਤਾਂ ਬਸ ਇਹਨਾਂ ਦੇ ਕਹਿਣ ਦੀਆਂ ਗੱਲਾਂ ਹੋਈਆਂ ਜੀ ਜਿਹੜੀ ਆਮ ਆਦਮੀ ਪਾਰਟੀ ਆ ਇਮਾਨਦਾਰ ਮੈਂ ਸਭ ਤੋਂ ਕਹਿੰਦਾ ਸਭ ਤੋਂ ਵੱਧ ਇਮਾਨਦਾਰ ਪਾਰਟੀ ਉਹ ਹੈ ਜੀ
ਤੇ ਪੰਜਾਬ ਵਿੱਚ ਵੀ ਉਹੀ ਹੋਣੀ ਚਾਹੀਦੀ ਹੈ। ਕਿਵੇਂ ਦੇਖਦੇ ਹੋ ਕਿ ਇਲੈਕਸ਼ਨਾਂ ਦੇ ਟਾਈਮ ਅਕਸਰ ਦੇਖਿਆ ਜਾਂਦਾ ਹੈ ਕਿ ਸ਼ਰਾਬ ਵੀ ਵੰਡੀ ਜਾਂਦੀ ਹੈ, ਪੈਸਾ ਵੀ ਵੰਡਿਆ ਜਾਂਦਾ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਪੈਸੇ ਅਤੇ ਸ਼ਰਾਬ ਦੇ ਪਿੱਛੇ ਵੋਟਾਂ ਪਾਉਂਦੇ ਨੇ? ਮੈਂ ਤਾਂ ਉਹਨਾਂ ਨੂੰ ਕਹਿਣਾ ਕਿ ਜੀ ਉਹ ਆਪਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਆ ਜੀ, ਪਲੀਜ਼ ਉਹਨਾਂ ਨੂੰ ਰਿਕੁਐਸਟ ਆ ਕਿ ਇਹ ਸਭ ਕੁਝ ਨਾ ਕਰਨ। ਇੱਕ ਬੋਤਲ ਪਿੱਛੇ, ਇੱਕ ਸ਼ਰਾਬ ਦੀ ਬੋਤਲ ਪਿੱਛੇ ਜਾਂ ਕੁਝ ਚੰਦ ਪੈਸਿਆਂ ਪਿੱਛੇ, ਪੈਸਾ ਕਿੰਨਾ ਟਾਈਮ, 2 ਦਿਨ ਚੱਲ ਜੂ, 5 ਦਿਨ ਚੱਲ ਜੂ, ਠੀਕ ਹੈ ਜੀ, ਸਿਰਫ ਉਹਨਾਂ ਕਰਕੇ 5 ਸਾਲ ਆਪਾਂ ਖਰਾਬ ਕਰ ਦਿੰਦੇ ਹਾਂ ਉਹਦੇ ਬੱਚਿਆਂ ਦੇ, ਅਤੇ ਇਹੀ 5 ਸਾਲਾਂ ਦੇ ਵਿੱਚ ਆਪਣਾ ਵਿਕਾਸ ਹੋਣਾ ਹੁੰਦਾ, ਤਾਂ ਉਹੀ 5 ਸਾਲਾਂ 'ਚ ਆਪਾਂ ਸਾਰਾ ਕੁਝ ਵਿਕਾਰ ਕਰ ਲੈਂਦੇ ਹਾਂ। ਇਹ ਆਪਾਂ ਨੂੰ ਅੱਜ ਨਹੀਂ ਪਤਾ ਲੱਗਦਾ, ਜਦੋਂ ਆਪਣੀਆਂ ਬੱਚੇ ਹੁੰਦੇ ਆ ਉਹਨਾਂ ਦੇ ਮੂਹਰੇ ਆਉਂਦਾ ਕਿ ਹਾਂ ਬਈ ਕੀ ਆ, ਅੱਜ ਦਾ ਐਜੂਕੇਸ਼ਨ ਨੂੰ ਦੇਖ ਲਓ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਆ, ਚੰਗੀ ਐਜੂਕੇਸ਼ਨ ਹੋਊਗੀ ਤਾਂ ਫਿਰ ਹੀ ਅੱਗੇ ਨੌਕਰੀਆਂ ਮਿਲਣਗੀਆਂ, ਜੋ ਚੰਗੀ ਐਜੂਕੇਸ਼ਨ ਨਹੀਂ ਹੋਊਗੀ ਤਾਂ ਅੱਗੇ ਕੀ ਮਿਲੂਗਾ ਸਾਨੂੰ? ਹੁਣ ਤਾਂ ਕਾਫੀ ਵਾਅਦੇ ਹੋਣੇ ਨੇ ਲੋਕਾਂ ਨੂੰ, ਲੋਕਾਂ ਨੂੰ ਸਮਝ ਜਾਣਾ ਚਾਹੀਦਾ ਕਿ 2022 ਦੇ ਵਿੱਚ ਆਮ ਪਾਰਟੀ ਨੂੰ ਵੋਟ ਪਾ ਕੇ ਉਹਨਾਂ ਨੂੰ 2022 ਦੇ ਵਿੱਚ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ, ਕਿਉਂਕਿ ਕਾਂਗਰਸ ਅਕਾਲੀ ਦਲ ਦੀ ਸਰਕਾਰ ਦੇਖ ਚੁੱਕੇ ਹੋ, ਸੜਕਾਂ ਵੀ ਉੱਦਾਂ ਹੀ ਟੁੱਟੀਆਂ ਹੋਈਆਂ ਨੇ, ਰੁਜ਼ਗਾਰ ਵੀ ਨਹੀਂ ਮਿਲਿਆ, ਬੇਰੁਜ਼ਗਾਰੀ ਦਰ ਵੀ ਵਧੀ ਹੈ, ਪੰਜਾਬ ਦਾ ਜੋ ਯੂਥ ਹੈ, ਲੜਕੀਆਂ ਹੈ, ਉਹ ਸਭ ਤੋਂ ਜ਼ਿਆਦਾ ਬਾਹਰ ਨੂੰ ਪ੍ਰੈਫਰੈਂਸ ਇਸ ਕਰਕੇ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਰ ਵੱਧਦੀ ਜਾ ਰਹੀ ਹੈ। ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9991504350।